ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ, ਹਰ ਇੱਕ ਨੂੰ ਇਹੀ ਰਾਏ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ ਇਕੱਲਾ ਕੋਈ ਆਪਣੀ ਰਾਏ ਦੇਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ। ਮੇਰੀ ਵੀ ਆਪਣੀ ਰਾਏ ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠੇ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ, ਇਹ ਸਾਡੇ ਲਈ ਸੋਚਣ ਦੀ ਲੋੜ। ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਭਾਰ ਵੱਧ ਰਿਹਾ, ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ। ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਆ ਜਿਸ ਪਾਰਟੀ ਦੀ, ਉਹ ਸ਼੍ਰੋਮਣੀ ਅਕਾਲੀ ਦਲ ਆ, ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ, ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਏ ਤਿਆਰ ਕਰਕੇ ਹੀ ਕੋਈ ਨੀਤੀ ਤਿਆਰ ਕੀਤੀ ਜਾਏਗੀ। ਕਿਆ ਹਾਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕਿਹਾ ਸੀ? ਨਹੀਂ, ਇਹ ਤਾਂ ਸਮੇਂ ਦੀਆਂ ਅੱਗਲੀਆਂ ਗੱਲਾਂ ਨੇ ਜਿਹੜੀਆਂ ਪਿੱਛੇ ਪਿੱਛੇ ਰਹਿ ਗਈਆਂ, ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਤੁਰਿਆ ਜਾਵੇ। ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ, ਕੋਈ ਆਪਣੀ ਬੋਲੀ ਬੋਲੀ ਜਾ ਰਿਹਾ, ਇਸ ਹਮਾਮ ਚ ਸਾਰੇ ਆਪਣੀ ਆਪਣੀ ਬੋਲੀ ਬੋਲਦੇ, ਉਹਦਾ ਕੋਈ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ, ਹਰ ਇੱਕ ਨੂੰ ਇਹੀ ਰਾਏ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ ਇਕੱਲਾ ਕੋਈ ਆਪਣੀ ਰਾਏ ਦੇਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ। ਮੇਰੀ ਵੀ ਆਪਣੀ ਰਾਏ ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠੇ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ, ਇਹ ਸਾਡੇ ਲਈ ਸੋਚਣ ਦੀ ਲੋੜ। ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਭਾਰ ਵੱਧ ਰਿਹਾ, ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ। ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਆ ਜਿਸ ਪਾਰਟੀ ਦੀ, ਉਹ ਸ਼੍ਰੋਮਣੀ ਅਕਾਲੀ ਦਲ ਆ, ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ, ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਏ ਤਿਆਰ ਕਰਕੇ ਹੀ ਕੋਈ ਨੀਤੀ ਤਿਆਰ ਕੀਤੀ ਜਾਏਗੀ। ਕਿਆ ਹਾਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕਿਹਾ ਸੀ? ਨਹੀਂ, ਇਹ ਤਾਂ ਸਮੇਂ ਦੀਆਂ ਅੱਗਲੀਆਂ ਗੱਲਾਂ ਨੇ ਜਿਹੜੀਆਂ ਪਿੱਛੇ ਪਿੱਛੇ ਰਹਿ ਗਈਆਂ, ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਤੁਰਿਆ ਜਾਵੇ। ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ, ਕੋਈ ਆਪਣੀ ਬੋਲੀ ਬੋਲੀ ਜਾ ਰਿਹਾ, ਇਸ ਹਮਾਮ ਚ ਸਾਰੇ ਆਪਣੀ ਆਪਣੀ ਬੋਲੀ ਬੋਲਦੇ, ਉਹਦਾ ਕੋਈ ਦੇਖੋ ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ, ਹਰ ਇੱਕ ਨੂੰ ਇਹੀ ਰਾਏ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਇਕੱਲਾ ਇਕੱਲਾ ਕੋਈ ਆਪਣੀ ਰਾਏ ਦੇਵੇ ਤੇ ਫਿਰ ਕੰਸੈਂਸਸ ਤਿਆਰ ਹੋਰ ਕਰਕੇ ਕੋਈ ਨੀਤੀ ਬਣਾਈ ਜਾਵੇ। ਮੇਰੀ ਵੀ ਆਪਣੀ ਰਾਏ ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਨਿੱਜੀ ਤੌਰ ਤੇ ਜਾਂ ਇੱਕ ਦੋ ਬੰਦੇ ਇਕੱਠੇ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਬ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ, ਇਹ ਸਾਡੇ ਲਈ ਸੋਚਣ ਦੀ ਲੋੜ। ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਭਾਰ ਵੱਧ ਰਿਹਾ, ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ। ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਆ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਆ ਜਿਸ ਪਾਰਟੀ ਦੀ, ਉਹ ਸ਼੍ਰੋਮਣੀ ਅਕਾਲੀ ਦਲ ਆ, ਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ, ਇਹ ਸਾਡੇ ਸਾਹਮਣੇ ਸਵਾਲ ਆ ਔਰ ਇਹਦੇ ਲਈ ਨਿੱਜੀ ਤੌਰ ਤੇ ਪਹਿਲਾਂ ਰਾਵਾਂ ਦੇ ਕੇ ਤੇ ਫਿਰ ਸਾਂਝੀ ਰਾਏ ਤਿਆਰ ਕਰਕੇ ਹੀ ਕੋਈ ਨੀਤੀ ਤਿਆਰ ਕੀਤੀ ਜਾਏਗੀ। ਕਿਆ ਹਾਲੇ ਵੀ ਲੱਗਦਾ ਕਿ ਬੀਜੇਪੀ ਨਾਲ ਜਾਣਾ ਚਾਹੀਦਾ ਤੁਸੀਂ ਕਿਹਾ ਸੀ?
ਨਹੀਂ, ਇਹ ਤਾਂ ਸਮੇਂ ਦੀਆਂ ਅੱਗੇ ਦੀਆਂ ਗੱਲਾਂ ਨੇ ਜਿਹੜੀਆਂ ਪਿੱਛੇ ਪਿੱਛੇ ਰਹਿ ਗਈਆਂ, ਅੱਗੇ ਕੀ ਹੋਣਾ ਉਹ ਤੈਅ ਕਰਕੇ ਹੀ ਤੁਰਿਆ ਜਾਵੇ। ਉਹ ਚਲੋ ਬੀਬਾ ਜੀ ਆਪਣੀ ਬੋਲੀ ਬੋਲੀ ਜਾਂਦੇ ਆ, ਕੋਈ ਆਪਣੀ ਬੋਲੀ ਬੋਲੀ ਜਾ ਰਿਹਾ, ਇਸ ਹਮਾਮ ਚ ਸਾਰੇ ਆਪਣੀ ਆਪਣੀ ਬੋਲੀ ਬੋਲਦੇ, ਉਹਦਾ ਕੋਈ